ਬਹੁਤ ਵਧੀਆ ਲੱਗਿਆ ਜੀ ਪਿੰਡ ਦੇ ਵਿੱਚ ਪਹੁੰਚ ਕੇ ਜੀ, ਸਾਰਿਆਂ ਦਾ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਵੀ ਪਹੁੰਚਿਆ ਇੱਥੇ। ਹਾਂਜੀ ਬਹੁਤ ਖੁਸ਼ੀ ਹੋਈ। ਹੋ ਗਿਆ ਵੀਰ ਜੀ ਤੁਹਾਨੂੰ ਜੋਬ ਤੇ ਗਿਆ? ਮੈਨੂੰ 14 ਸਾਲ ਹੋ ਗਏ। ਜੇ ਉੱਥੇ ਜੋਬ ਜਦੋਂ ਤੁਸੀਂ ਕੀਤੀ ਤਾਂ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਬਲਬਲੇ ਮਿਲਦੇ ਸੀਗੇ ਕਿ ਪਿੰਡ ਦੀ ਯਾਦ ਵੀ ਆਉਂਦੀ ਸੀਗੀ ਤੁਹਾਨੂੰ? ਇਹ ਤਾਂ ਹੁੰਦੀ ਹੈ ਜੀ, ਪਿੰਡ ਤਾਂ ਮਿਸ ਕਰਦੀ ਹਰੇਕ ਬੰਦਾ ਜੀ। ਤੇ ਫਿਰ ਉੱਥੇ ਜਾ ਕੇ ਤੁਸੀਂ ਕੀ ਉਪਲਬਧੀ ਇਹ ਜੀ ਹਾਸਲ ਕੀਤੀ ਕਿ ਜਿਹੜਾ ਹੈਗਾ ਸਰਕਾਰ ਨੂੰ ਜਾਂ ਤੁਹਾਡੇ ਮਹਿਕਮੇ ਨੂੰ ਤੁਹਾਨੂੰ ਮੈਡਲ ਦੇਣਾ ਪਿਆ? ਹਾਂਜੀ, ਉਹ ਆਪਣੇ ਹੈਲੀ ਕ੍ਰੈਸ਼ ਹੋ ਗਿਆ ਸੀਗਾ ਜੀ, ਤੇ ਉਹਦੇ ਵਿੱਚ ਪਾਇਲਟ ਕੱਢੇ ਸੀਗੇ ਆਪਾਂ ਨੇ ਜੀ, 2 ਪਾਇਲਟ ਸੀਗੇ ਜੀ। ਹਾਂਜੀ, ਉਹਨਾਂ ਦੀ ਜਾਨ ਬਚਾਈ ਤੁਸੀਂ। ਹਾਂਜੀ, ਇਸ ਚੀਜ਼ ਦਾ ਮਾਣ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਣ ਹੈ ਜੀ। ਹਾਂਜੀ, ਹਾਂਜੀ, ਸਾਰਿਆਂ ਨੂੰ ਜੀ। ਅੱਜ ਫਿਰ ਬੜਾ ਤੁਹਾਡੇ ਤੇ ਜਿਹੜਾ ਪ੍ਰਾਊਡ ਫੀਲ ਕਰ ਰਹੇ ਨੇ ਤੁਹਾਡੇ ਪਿੰਡ ਦੇ ਲੋਕ, ਕਿੰਨਾ ਕੁ ਤੁਹਾਨੂੰ ਮਨ ਦੇ ਵਿੱਚ ਕੀ ਲੱਗ ਰਿਹਾ ਵੀ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ? ਬਹੁਤ ਖੁਸ਼ੀ ਹੁੰਦੀ ਹੈ ਜੀ, ਇਹੋ ਜਿਹਾ ਮੌਕਾ ਕਦੇ ਕਦੇ ਮਿਲਦਾ ਜ਼ਿੰਦਗੀ ਦੇ ਵਿੱਚ ਜੀ, ਤੇ ਬਹੁਤ ਵਧੀਆ, ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਦਿਲੋਂ ਜੀ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਨੌਜਵਾਨਾਂ ਤੇ ਇਹ ਵੀ ਨਸ਼ੇ ਪੱਤੇ ਤੋਂ ਦੂਰ ਰਹੋ ਤੇ ਵਧੀਆ ਪ੍ਰੈਕਟਿਸ ਕਰੋ ਆਪਦੀ, ਹੈ ਨਾ, ਸਿਹਤ ਵੱਲ ਧਿਆਨ ਦਿਓ ਤੇ ਚੰਗੇ ਕੰਮ ਕਰੋ ਵਧੀਆ, ਹੈ ਨਾ, ਖੇਡ ਵੱਲ ਜਾਓ ਜ਼ਿਆਦਾਤਰ। ਤੁਹਾਡੇ ਪਿੰਡ ਦੇ ਹੋਰ ਵੀ ਨੌਜਵਾਨ ਬਹੁਤ ਸਾਰੇ ਕਹਿੰਦੇ ਫੌਜ ਦੇ ਵਿੱਚ, ਆਰਮੀ ਦੇ ਵਿੱਚ ਵੱਖ ਵੱਖ ਮਹਿਕਮੇ 'ਚ ਕੰਮ ਕਰ ਰਹੇ ਨੇ? ਹਾਂਜੀ, ਸਾਡਾ ਪਿੰਡ 80 ਮਤਲਬ 80 ਤੋਂ ਉੱਪਰੇ ਨੇ ਸਾਡੇ ਫੌਜ ਦੇ ਵਿੱਚ ਜੀ, ਬਹੁਤ ਵਧੀਆ ਸਾਰੇ ਜੋੜੀ ਨਿਭਾ ਰਹੇ ਨੇ ਜੀ। ਫਿਰ ਹੁਣ ਕਿੰਨਾ ਸਮਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜਾ ਹੈਗਾ ਬਜ਼ੁਰਗਾਂ ਨਾਲ ਬੱਚਿਆਂ ਨਾਲ ਟਾਈਮ ਸਪੈਂਡ ਕਰੋਗੇ? ਇਹ 10 ਕੁ ਦਿਨ ਦੀ ਛੁੱਟੀ ਬਸ ਮਿਲੀ ਹੈ ਜੀ, ਬਸ ਇੱਦਾਂ ਹੀ ਹੈ। ਗਗਨਪ੍ਰੀਤ ਕੌਰ ਜੀ, ਤੁਹਾਡੇ ਪਤੀ ਜਿਹੜੇ ਹੈਗੇ ਨੇ ਬਹੁਤ ਇੱਕ ਵੱਡਾ ਮੈਡਲ, ਵਿਸ਼ਿਸ਼ਟ ਮੈਡਲ ਜਿੱਤ ਕੇ ਲੈ ਕੇ ਆਏ ਨੇ, ਹਾਸਲ ਕੀਤਾ ਉਹਨਾਂ ਨੇ, ਅੱਜ ਕਿਹੋ ਜਿਹਾ ਸਵਾਗਤ ਪਿੰਡ ਦੇ ਵਿੱਚ ਹੋਇਆ? ਬਹੁਤ ਵਧੀਆ ਜੀ, ਤੇ ਜਦੋਂ ਦੇ ਚੱਲੇ ਅਸੀਂ ਸਾਨੂੰ ਕਾਲ ਆ ਰਹੇ ਨੇ, ਸਾਡਾ ਬਹੁਤ ਵਧੀਆ ਸਵਾਗਤ ਕਰਿਆ, ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਤੇ ਸਾਰੇ ਇਹਨਾਂ ਦੇ ਫਰੈਂਡਾਂ ਦਾ। ਕਿਹੋ ਜਿਹਾ ਮਾਹੌਲ ਬਣਿਆ ਹੋਇਆ? ਬਹੁਤ ਵਧੀਆ ਜੀ, ਪ੍ਰਾਊਡ ਫੀਲ ਹੁੰਦਾ? ਹਾਂਜੀ, ਬਹੁਤ ਜ਼ਿਆਦਾ। ਬੱਚੇ ਨੂੰ ਵੀ ਤੁਸੀਂ ਦੱਸਿਆ ਹੋਣਾ ਕਿ ਬੱਚੇ ਨਾਲ ਕੋਈ ਗੱਲ ਕੀਤੀ ਤੁਸੀਂ ਕਿ ਵੀ ਇੰਨਾ ਵੱਡਾ ਮੈਡਲ ਮਿਲੇਗਾ, ਕੋਈ ਬੱਚੇ ਨੂੰ ਦੱਸਿਆ ਹੋਣਾ ਬੱਚੇ ਨੂੰ? ਹਾਂਜੀ, ਇਹ ਬਹੁਤ ਖੁਸ਼ ਹੈ ਜੀ, ਪਾਪਾ ਹੀ ਕਰੀ ਜਾ ਰਹੀ ਉਦੋਂ ਦੀ। ਕੀ ਨਾਮ ਹੈ ਜੀ? ਹਾਂਜੀ, ਮੇਰਾ ਨਾਮ ਗਿਆਨ ਸਿੰਘ ਹੈ ਜੀ, ਮੈਂ ਵੀ ਐਕਸਮੈਨ ਹਾਂ, ਮੈਂ ਹੌਲ ਦਾ ਰਿਟਾਇਰ ਹੋਇਆ ਸੀ 2008 ਦੇ ਵਿੱਚ ਜੀ, ਤੇ ਇਹ ਮੇਰੇ ਸਾਡਾ ਜਿਹੜਾ ਪਰਿਵਾਰ ਹੈ, ਅਸੀਂ 4 ਭਰਾ, 4ਾਂ ਦਾ ਇੱਕ ਇੱਕ ਬੇਟਾ ਹੈ, ਉਹ ਵੀ 4ੇ ਆਰਮੀ 'ਚ ਨੇ। ਮੈਂ ਆਰਮੀ 'ਚੋਂ ਰਿਟਾਇਰ ਹੋ ਕੇ ਮੈਂ ਪੰਜਾਬ ਪੁਲਿਸ ਜੁਆਇਨ ਕਰ ਲਈ ਸੀ 2010 ਦੇ ਵਿੱਚ, ਅਤੇ ਇਹ ਜਿਹੜਾ ਇਹਨੂੰ ਸੈਨਾ ਮੈਡਲ ਮਿਲਿਆ ਬੱਚੇ ਨੂੰ, ਇਹ ਬਹੁਤ ਵਧੀਆ ਪ੍ਰਾਪਤੀ ਹੈ। ਇਹ ਤੋਂ ਇੱਕ ਪ੍ਰੇਰਨਾ, ਸਾਡੇ ਪਿੰਡ ਦੇ ਵਿੱਚ ਇੱਥੇ ਖਨਾਲ ਦੇ ਵਿੱਚ ਬਹੁਤ ਆਰਮੀ 'ਚ ਬੰਦੇ ਹੈਗੇ ਨੇ, ਇਹਨਾਂ ਨੂੰ ਕੁਝ ਸਿੱਖਣ ਨੂੰ ਮਿਲੂਗਾ ਇਹਦੇ ਤੋਂ, ਵੀ ਵੱਧ ਤੋਂ ਵੱਧ ਦੇਸ਼ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ ਬੱਚੇ। ਪ੍ਰੇਰਨਾ ਸਰੋਤ ਹੈ ਜੀ, ਕਿ ਅੱਗੇ ਵਾਸਤੇ ਹਰੇਕ ਜਿਹੜਾ ਆਰਮੀ ਦੇ ਵਿੱਚ ਸਾਡੇ ਪਿੰਡ ਦਾ ਜਾਂ ਦੂਸਰੇ ਵੀ ਕੋਈ ਬੱਚੇ ਨੇ, ਇਹ ਵੀ ਕੁਝ ਸਿੱਖਣਗੇ ਵੀ ਆਪਣੀ ਦੇਸ਼ ਵਾਸਤੇ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਰਹਿਣ ਦਾ ਇੱਕ ਜਜ਼ਬਾ ਜਿਹੜਾ ਉਹਨਾਂ ਦੇ ਵਿੱਚ ਪ੍ਰਾਪਤ ਹੋਊਗਾ। ਅੱਜ ਦੇ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਹੋ? ਬੜਾ ਮਾਣ ਸਤਿਕਾਰ ਮਿਲਿਆ, ਇੱਕ ਬੜੇ ਜਿਹੜਾ ਹੈਗਾ ਆਪਾਂ ਉਤਸ਼ਾਹ ਨਾਲ ਕਹਿ ਸਕਦੇ ਕਿ ਪਿੰਡ ਦੇ ਵਿੱਚ। ਹਾਂਜੀ, ਇਹ ਬਹੁਤ ਵੱਡਾ ਇੱਕ ਮਾਣ ਹੈ, ਇਸ ਮਾਣ ਦੇ ਨਾਲ ਜਿਹੜਾ ਦੂਸਰੇ ਵਿਅਕਤੀਆਂ ਨੂੰ, ਬੱਚਿਆਂ ਨੂੰ ਜਾਂ ਜਿਹੜੇ ਫੌਜੀ ਨੇ, ਉਹਨਾਂ ਨੂੰ ਇੱਕ ਇਹ ਪ੍ਰੇਰਨਾ ਸਰੋਤ ਹੈ ਵੀ ਇੰਨਾ ਸਨਮਾਨ ਮਿਲਦਾ ਜੇ ਆਪਾਂ ਕੋਈ ਵਧੀਆ ਕੰਮ ਕਰਾਂਗੇ ਦੇਸ਼ ਵਾਸਤੇ ਕਰਾਂਗੇ, ਜਾਂ ਕੋਈ ਵੀ ਖਿਡਾਰੀ ਹੋਣਗੇ ਉਹਨਾਂ ਨੂੰ ਸਨਮਾਨ ਮਿਲਦਾ, ਇੱਕ ਇੱਜ਼ਤ ਮਿਲਦੀ ਹੈ, ਇੱਕ ਸਿੱਖਣ ਨੂੰ ਮਿਲਦਾ ਇੱਕ ਇਹ। ਕੀ ਨਾਮ ਹੈ ਜੀ? ਨਾਮ ਮੇਰਾ ਪਰਮਜੀਤ ਸਿੰਘ ਹੈ ਜੀ, ਐਕਸ ਆਰਮੀ ਗਰੁੱਪ ਖਨਾਲ ਕਲਾਂ, ਉਹਨਾਂ ਦੇ ਪ੍ਰਧਾਨ ਜੀ, ਅਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇ ਗੇ, ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ, ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ, ਅਤੇ ਸਾਰਿਆਂ ਨੂੰ ਉਹਨਾਂ ਦੇ ਘਰ ਤੱਕ ਲੈ ਗਏ ਆਗੇ ਬਾਜੇ ਢੋਲ ਵਜਾ ਕੇ ਜੀ। ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਪਿੰਡ ਵਾਸੀ? ਬਹੁਤ ਜ਼ਿਆਦਾ ਉਤਸ਼ਾਹ ਹੈ ਜੀ, ਸਾਰਾ ਪਿੰਡ ਇੱਕ ਹੋ ਕੇ ਸਾਰੇ ਪਹੁੰਚੇ ਸੀਗੇ, ਸਾਰੇ ਨਾਲ ਲੈ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਤੱਕ ਗਏ ਨੇ ਗੇ। ਡਿਊਟੀ ਸੀ ਵੀਰ ਜੀ ਦੀ? ਡਿਊਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ, ਅਤੇ
ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ, ਉਸ ਦੇ ਦੌਰਾਨ ਉਹਨਾਂ ਨੇ ਦੋ ਅਫਸਰਾਂ ਦੀ ਜਾਨ ਬਚਾਈ ਸੀਗੀ, ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲੇਗਾ ਸੈਨਾ ਮੈਡਲ। ਕਿਸ ਤਰ੍ਹਾਂ ਦੇਖਦੇ ਹੋ ਇਸ ਸਨਮਾਨ ਨੂੰ, ਕਿਵੇਂ ਦੇਖਦੇ ਹੋ, ਕਿੱਡੀ ਕੁ ਉਪਲਬਧੀ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਇਹ ਸਨਮਾਨ ਬਹੁਤ ਵੱਡਾ ਜੀ, ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 80-90 ਫੌਜੀ ਨੇਗੇ, ਅਤੇ ਜਿਹੜਾ ਇਹ ਸੈਨਾ ਮੈਡਲ ਮਿਲੇਗਾ ਸਾਡੇ ਪਿੰਡ ਦੇ ਵਿੱਚ ਲਗਭਗ ਪਹਿਲੀ ਪ੍ਰਾਪਤੀ ਹੈ ਜੀ, ਇਹ ਪਹਿਲਾ ਮੈਡਲ ਮਿਲਿਆ ਉਹਨਾਂ ਨੂੰ ਸੈਨਾ ਮੈਡਲ। ਸਵਾਗਤ ਹੈ ਜੀ। ਅੱਜ ਸਵਾਗਤ ਜੀ, ਤੁਹਾਡੇ ਬੇਟੇ ਨੂੰ ਅੱਜ ਜਿਹੜਾ ਹੈਗਾ ਮੈਡਲ ਮਿਲਿਆਗਾ, ਉਸ ਕਰਕੇ ਤੋਂ ਸਵਾਗਤ ਕੀਤਾ ਗਿਆ, ਕਿਵੇਂ ਦੇਖਦੇ ਹੋ? ਧੰਨਵਾਦ, ਅਸੀਂ ਵਧੀਆ ਦੇਖ ਰਹੇਗੇ, ਵਧੀਆ ਚੱਲ ਰਿਹਾ ਪ੍ਰੋਗਰਾਮ, ਵਧੀਆ ਕਰਿਆ ਸਾਡੇ ਪਿੰਡ ਨੇ, ਸਾਡੇ ਪਿੰਡ 'ਚ ਧੰਨਵਾਦ। ਤੁਹਾਨੂੰ ਮਾਣ ਹੈ ਤੁਹਾਡੇ ਪੁੱਤ? ਹਾਂ, ਸਾਨੂੰ ਮਾਣ ਹੈ, ਮੇਰੀ ਤਰੱਕੀ ਕਰੀਏ, ਮੈਂ ਮਾਣ ਹੈ ਸਭ। ਤੁਹਾਡੇ ਹਲਕੇ ਦੇ ਪਿੰਡ ਥਨਾਲ ਦੇ ਇੱਕ ਫੌਜੀ ਨੂੰ ਜਿਹੜਾ ਹੈਗਾ ਜੀ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਦਾ ਅੱਜ ਪਿੰਡ ਦੇ ਵਿੱਚ ਵੱਡਾ ਭਰਵਾਂ ਸਵਾਗਤ ਕੀਤਾ ਜਾ ਰਿਹਾ। ਸਰਦਾਰ ਹਰਦੀਪ ਸਿੰਘ ਜੀ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇਗੇ, ਆਪਣੀ ਨੌਕਰੀ ਕਰ ਰਹੇ ਨੇ, ਉਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਾ, ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਨੇਗੀਆਂ, ਉਹਨਾਂ ਨੂੰ ਸੈਨਾ ਵਿਸ਼ਿਸ਼ਟ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ, ਬਹੁਤ ਮਾਣ ਵਾਲੀ ਗੱਲ ਆ। ਇੱਥੋਂ ਪਤਾ ਲੱਗਦਾ ਗਾ ਕਿ ਸਾਡੇ ਜਿਹੜੇ ਸਾਡੇ ਇਲਾਕੇ ਦੇ ਬੱਚੇ ਨੇ ਜਾਂ ਪੰਜਾਬ ਦੇ ਬੱਚੇ ਨੇਗੇ, ਉਹ ਸੈਂਟਰ ਦੇ ਵਿੱਚ ਕੇਂਦਰੀ ਸਰਵਿਸ ਦੇ ਅੰਦਰ ਜਾਂ ਮਿਲਟਰੀ ਦੇ ਅੰਦਰ ਫੌਜ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਂਦੇ ਨੇਗੇ। ਸੋ ਮੈਂ ਸਮਝਦਾ ਪੰਜਾਬ ਨੇ ਹਮੇਸ਼ਾ ਹੀ ਮੋਹਰੀ ਰੋਲ ਅਦਾ ਕੀਤਾ, ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਲੋੜ ਪਈ ਆ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀਆਂ, ਜਿਹੜੀ ਹੈਗੀ ਆ ਉਹ ਸਟੇਟ ਦੀ ਜਾਂ ਸਾਡੇ ਸੈਂਟਰ ਦੀ ਜਾਂ ਸਾਡੇ ਦੇਸ਼ ਦੀ।